ਜੀ ਹਾਂ, ਵੈਸੇ ਤਾਂ ਇਹ ਤਸਵੀਰਾਂ ਵੇਖ ਸ਼ਾਇਦ ਤੁਹਾਨੂੰ ਸਭ ਕੁਝ ਸਮਝ ਆ ਹੀ ਗਿਆ ਹੋਣਾ ਹੈ ਕਿ ਆਖਿਰ ਇਹ ਸਭ ਕੁਝ ਹੋ ਕੀ ਰਿਹਾ ਹੈ, ਕਿਉਂ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ। ਖੈਰ, ਫਿਰ ਵੀ ਜੇਕਰ ਅਜੇ ਵੀ ਕੁਝ ਸਮਝ ਨਹੀਂ ਆਇਆ ਤਾਂ ਅਸੀਂ ਤੁਹਾਨੂੰ ਤਸੱਲੀ ਨਾਲ ਸਭ ਕੁਝ ਸਮਝਾ ਦਿੰਦੇ ਹਾਂ ਕਿ ਆਖਿਰ ਕਿਵੇਂ ਸੂਬੇ ਦੀ ਕਾਨੂੰਨ ਵਿਵਸਥਾ ਦਾ ਸ਼ਰੇਆਮ ਜਨਾਜ਼ਾ ਨਿਕਲ ਰਿਹਾ ਹੈ। ਇਹਨਾਂ CCTV ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ, ਇੱਕ ਨਕਾਬਪੋਸ਼ ਲੁਟੇਰਾ ਮੈਡੀਕਲ ਸਟੋਰ ਦੀ ਦੁਕਾਨ 'ਚ ਦਾਖਲ ਹੁੰਦਾ ਹੈ, ਦੁਕਾਨਦਾਰ ਨੂੰ ਗੱਲਾਂ 'ਚ ਲਗਾਉਂਦਾ ਹੈ ਅਤੇ ਫਿਰ ਵੇਖਦਿਆਂ ਹੀ ਵੇਖਦਿਆਂ ਆਪਣੇ ਡੱਬ 'ਚੋਂ ਗੰਡਾਸੀ ਕੱਢ ਲੈਂਦਾ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ, ਗੰਡਾਸੀ ਕੱਢ ਲੈਂਦਾ ਅਤੇ ਸਿੱਧਾ ਦੁਕਾਨ 'ਚ ਖੜ੍ਹੇ ਇਸ ਨੌਜਵਾਨ 'ਤੇ ਹਮਲਾ ਕਰ ਦਿੰਦਾ ਹੈ। ਨੌਜਵਾਨ 'ਤੇ ਗੰਡਾਸੀਆਂ ਮਾਰੀਆਂ ਜਾਂਦੀਆਂ ਨੇ। ਮੁਲਜ਼ਮ ਇਹ ਹਮਲਾਵਰ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੰਦਾ ਹੈ। ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਨੌਜਵਾਨ ਨੂੰ ਡਰਾਉਂਦਾ ਹੈ, ਧਮਕਾਉਂਦਾ ਹੈ, ਜਿਸ ਤੋਂ ਬਾਅਦ ਇਹ ਬੇਖੌਫ ਲੁਟੇਰਾ ਗੱਲੇ ਨੂੰ ਪੈ ਜਾਂਦਾ ਹੈ, ਪੈਸੇ ਕੱਢ ਲੈਂਦਾ ਹੈ। ਨੌਜਵਾਨ ਤੋਂ ਉਸਦਾ ਮੋਬਾਈਲ ਖੋ ਲੈਂਦਾ ਹੈ ਅਤੇ ਚੰਦ ਮਿੰਟਾਂ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦਾ ਹੈ। ਜੀ ਹਾਂ, ਦਿਨ ਦਿਹਾੜੇ ਚਿੱਟੇ ਦਿਨੀ ਹੋਈ ਲੁੱਟ ਦੀਆਂ ਇਹ ਤਸਵੀਰਾਂ ਤਰਨ ਤਾਰਨ ਦੇ ਪਿੰਡ ਖਾਰਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿੱਥੇ ਇਸ ਲੁਟੇਰੇ ਦੇ ਵੱਲੋਂ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਰੇਆਮ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਤੇ ਆ ਕੇ ਮੈਂ ਦਵਾਈ ਦੇ ਦਿੰਦਾ ਅਤੇ ਮਗਰੋਂ ਉਹਨੇ ਗੰਡਾਸੀ ਜੀ ਕੱਢ ਲਈ ਛੋਟੀ ਜੀ, ਅਤੇ ਫੋਨ ਫੜ ਲਿਆ ਪਹਿਲਾਂ ਮੇਰਾ, ਫਿਰ ਇੱਥੇ ਗੱਲੇ ਵੱਲ ਆਇਆ, ਮੈਨੂੰ ਪਿੱਛੇ ਧੱਕਿਆ ਅਤੇ ਉਹਨੇ ਗੰਡਾਸੀ ਮਾਰੀ ਮੇਰੇ ਹੱਥ 'ਤੇ ਮਾਰੀ ਇੱਕ, ਅਤੇ ਇੱਕ ਇੱਥੇ ਮੋਢੇ 'ਤੇ ਮਾਰੀ ਸੀ, ਅਤੇ ਫਿਰ ਪੈਸੇ ਪੂਸੇ ਕੱਢੇ ਮੇਰੀ ਜੇਬ 'ਚੋਂ ਵੀ ਪੈਸੇ ਕੱਢੇ ਉਹਨੇ, ਅਤੇ ਉੱਥੇ ਪਿੱਛੇ ਤਾੜਿਆ ਮੈਨੂੰ ਅਤੇ ਫਿਰ ਚੱਲਿਆ ਸੀ, ਭੱਜ ਚੱਲਿਆ ਸੀ। ਫਿਰ ਮੈਂ ਮਗਰ ਗਿਆ ਉਹਦੇ 'ਤੇ ਮੋਟਰਸਾਈਕਲ ਤੋਂ ਉਹਨੂੰ ਸੁੱਟ ਕੇ, ਅਤੇ ਫਿਰ ਇੱਥੇ ਬੰਦਿਆਂ ਨੂੰ ਵਾਏ ਵੂਏ ਮਾਰੀ, ਕੋਈ ਆਇਆ ਨਹੀਂ ਲੱਗ ਗਿਆ ਨਜ਼ਰ, ਫਿਰ ਉਹ ਭੱਜ ਗਿਆ। ਹੁਣ ਸੀ ਕੰਪਲੇਂਟ ਕੀਤੀ ਸੀ ਅਤੇ ਉਹ ਕਹਿੰਦੇ ਮੋਟਰਸਾਈਕਲ ਦਾ ਨੰਬਰ ਦੱਸੋ ਸਾਨੂੰ, ਉਹਨਾਂ ਕੋਲ ਗਏ ਅਤੇ ਉਹਨਾਂ ਕੋਈ ਕਾਰਵਾਈ ਕੀਤੀ ਨਹੀਂ। ਗੁੰਡਾਗਰਦੀ ਬਹੁਤ ਜ਼ਿਆਦਾ ਵੱਧ ਗਈ ਹੈ, ਇਹ ਚਾਹੀਦਾ ਪੁਲਿਸ ਨੂੰ ਹੀ ਮਤਲਬ ਥੋੜ੍ਹਾ ਜਿਹਾ ਧੰਦ ਕੱਸਣਾ ਚਾਹੀਦਾ, ਵੀ ਜੇਕਰ ਕੋਈ ਬੰਦਾ ਜਿਹੜਾ ਜਿਹਨੂੰ ਜੇ ਟਰੇਸ ਹੁੰਦਾ ਵੀ ਆ ਬੰਦਾ ਅਤੇ ਉਹਨੂੰ ਚੁੱਕ ਕੇ ਅਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ। ਇਹ ਨਹੀਂ ਵੀ ਅੱਜ ਬੰਦਾ ਮਾੜੀ ਛੋਟੀ ਮੋਟੀ ਚੋਰੀ ਕਰਤੀ ਆ ਅਤੇ ਸੱਤਵੇਂ ਅੱਠਵੇਂ ਦਿਨ ਜਮਾਨਤ 'ਤੇ ਬਾਹਰ ਆ ਜਾਵੇ। ਪੁਲਿਸ ਦੀ ਕਾਰਵਾਈ ਇਹ ਹੈ ਕਿ ਪੁਲਿਸ ਥੋੜ੍ਹਾ ਜਿਹਾ ਉਹਨੂੰ ਖਿੱਚ ਕੇ ਅੰਦਰ ਕਰੇਗੀ, ਜਿਹੜਾ ਨਾ ਕੋਈ 5-7 ਸਾਲ ਜਿਹੜਾ ਉਹ ਬਾਹਰ ਨਾ। ਉੱਧਰ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਵੀ ਹਰ ਵਾਰ ਵਾਲਾ ਉਹੀ ਰਟਿਆ ਰਟਾਇਆ ਜਵਾਬ ਸੁਣਨ ਨੂੰ ਮਿਲ ਰਿਹਾ ਹੈ ਕਿ ਕਹਿਣਾ ਖਾਕੀ ਵਾਲੇ ਸਾਹਿਬ ਬਹਾਦਰਾਂ ਦਾ, ਲਓ ਤੁਸੀਂ ਖੁਦ ਸੁਣ ਲਓ। ਉਹ ਥੋੜ੍ਹਾ ਮੁੰਡਾ ਉਹ ਘਬਰਾ ਜਾਂਦਾ ਸ਼ਹਿਰ, ਇਹ ਉਹਦੇ ਜਿਹੜੇ ਦਰਾਜ ਦੇ ਵਿੱਚੋਂ ਹੈ ਜੀ 4500 ਰੁਪਈਆ, ਅਤੇ ਉਹਦਾ ਜਿਹੜਾ ਇੱਕ ਪਰਸ ਹੈ ਉਹਦੇ 'ਚੋਂ 500 ਰੁਪਈਆ ਕੱਢ ਕੇ
ਉੱਥੇ ਇੱਕ ਮੋਬਾਈਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਹਦੇ ਸੰਬੰਧੀ ਸਾਨੂੰ ਇਨਪੁੱਟ ਮਿਲੀ ਸੀ। ਅਸੀਂ ਇਹਨਾਂ ਦੇ ਜਾ ਕੇ ਜਿਹੜੀ ਹੈ ਦੁਕਾਨ ਦੇ ਵਿੱਚ ਕੈਮਰੇ ਲੱਗੇ ਆ, ਅਤੇ ਅੱਗੋਂ ਜਿਹਦੇ ਇੱਧਰ ਨੂੰ ਗਿਆ ਸੀ ਉਹਦੇ ਕੈਮਰਿਆਂ ਦੀ ਉਹਦੀ ਚੈਕਿੰਗ ਕਰ ਰਹੇ ਹਾਂ, ਅਤੇ ਇਹਨਾਂ ਨੇ ਜੋ ਸਾਨੂੰ ਕੰਪਲੇਂਟ ਦਿੱਤੀ ਉਹ ਕੰਪਲੇਂਟ ਦੇ ਆਧਾਰ 'ਤੇ ਅਸੀਂ FIR ਦਰਜ ਕਰ ਰਹੇ ਹਾਂ। ਜੀ ਹਾਂ, ਟਿੱਕੀ ਦੁਪਹਿਰ ਸ਼ਰੇਆਮ ਹੋਈ ਇਸ ਲੁੱਟ ਦੀ ਵਾਰਦਾਤ ਨੇ ਸਰਕਾਰ ਦੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਇਹਨਾਂ ਤਸਵੀਰਾਂ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਸੂਬੇ 'ਚ ਕਾਨੂੰਨ ਵਿਵਸਥਾ ਨਾ ਦੀ ਸ਼ਾਇਦ ਕੋਈ ਚੀਜ਼ ਹੀ ਨਹੀਂ ਬਚੀ। ਬਦਮਾਸ਼ ਬੇਖੌਫ ਹੁੰਦੇ ਜਾ ਰਹੇ ਨੇ, ਉਹ ਹੁਣ ਖਾਕੀ ਨੂੰ ਟਿੱਚ ਜਾਣਦੇ ਨੇ। ਤਰਨ ਤਾਰਨ ਤੋਂ ਪਵਨ ਸ਼ਰਮਾ ਦੀ ਰਿਪੋਰਟ, ETC ਨਿਊਜ਼।